ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਸੋ ਇੱਕ ਤੇ ਮੰਗ ਹੈ ਕਿ CBI ਅੱਜ ਹੀ ਉਹਦੇ ਜਵਾਈ ਨੂੰ ਫੜ ਕੇ ਤਿਹਾੜ ਜੇਲ੍ਹ ਦੇ ਵਿੱਚ ਭੇਜੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਡਿਸਮਿਸ ਕੀਤਾ ਜਾਵੇ, ਰਾਹੁਲ ਗਾਂਧੀ ਆਪਣਾ ਨਵਾਂ ਲੀਡਰ ਪੰਜਾਬ ਦੇ ਵਿੱਚ ਚੁਣੇ, ਕਿਉਂਕਿ ਕੈਪਟਨ ਜਿਹੜਾ ਜਿੱਥੇ ਇੱਕ ਸਾਲ ਦੇ ਵਿੱਚ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਸਦਾ ਦੇ ਵਿੱਚ ਆਇਆ ਸੀਗਾ, ਗੁਟਕਾ ਸਾਹਿਬ ਹੱਥ 'ਚ ਫੜ ਕੇ ਸਦਾ ਦੇ ਵਿੱਚ ਆਇਆ ਸੀਗਾ, ਇੱਕ ਤਾਂ ਉਹਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਜਿਹੜੀ ਘਰ ਘਰ ਨੌਕਰੀ, ਕਰਜ਼ਾ ਕਿਸਾਨਾਂ ਦਾ, ਦਲਿਤਾਂ ਦਾ, ਜਿੰਨਾ ਵੀ ਲੈਪਟੋਪ ਦੇਣ ਦਾ, ਪੈਨਸ਼ਨਾਂ ਵਧਾਉਣ ਦਾ, ਇੱਕ ਵੀ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਨੂੰ ਉਹ ਨੇਪਰੇ ਨਹੀਂ ਲਾ ਸਕਿਆ। ਸੋ ਇੱਕ ਤਾਂ ਵੈਸੇ ਅਖਲਾਕੀ ਤੌਰ 'ਤੇ ਉਹਨੂੰ ਉਹਦਾ ਫਰਜ਼ ਬਣਦਾ ਕਿ ਆਪਣਾ ਅਸਤੀਫਾ ਦੇਵੇ। ਸੋ ਅੱਜ ਜੋ ਉਹਦੇ ਜਵਾਈ ਦਾ ਸਕੈਂਡਲ ਸਾਹਮਣੇ ਆਇਆ, ਇਹ ਬਹੁਤ ਵੱਡੀ ਘਟਨਾ ਹੋਈ ਆ। ਸੋ ਅਸੀਂ ਅੱਜ ਦੀ ਮੀਟਿੰਗ ਇਹ ਮੰਗ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਸ ਪੰਜਾਬ ਦਾ ਚੀਫ ਮਿਨਿਸਟਰ ਰਹਿਣ ਦਾ ਕੋਈ ਅਖਲਾਕੀ ਹੱਕ ਨਹੀਂ, ਉਹਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ। ਔਰ ਸੁਪਰੀਮ ਕੋਰਟ ਦੇ ਜੱਜਾਂ ਤੋਂ ਮੰਗ ਹੈ ਕਿ ਸਿਟਿੰਗ ਜੱਜ ਦੀ ਡਿਊਟੀ ਲਾ ਕੇ ਇਹਨਾਂ ਲੀਡਰਾਂ ਦੇ ਜਿਹੜੇ ਬੈਂਕ ਘੁਟਾਲੇ ਹੈ ਉਹ ਮਤਲਬ ਜਿਹੜਾ ਇਹਨਾਂ ਨੂੰ ਉਹ ਐਕਸਪੋਜ ਕੀਤਾ ਜਾਵੇ, ਨੰਗਿਆ ਕੀਤਾ ਜਾਵੇ, ਇਹਨਾਂ ਦੀਆਂ ਜਾਇਦਾਦਾਂ ਕੁਲਕ ਕਰਕੇ, ਬੈਂਕ ਜਿਹੜੇ ਨੈਸ਼ਨਲ ਬੈਂਕ ਹੈ ਸਾਡੇ, ਸਾਡਾ ਸਰਮਾਇਆ, ਉਹ ਇਹਨਾਂ ਦੀਆਂ ਜਾਇਦਾਦਾਂ ਕੁਲਕ ਕਰਕੇ ਅਤੇ ਬੈਂਕਾਂ ਦਾ ਪੈਸਾ ਪੂਰਾ ਕੀਤਾ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਹੀ ਡੱਕਿਆ ਜਾਵੇ। ਇਹ ਅੱਜ ਦੀ ਮੀਟਿੰਗ ਨੇ ਜਿਹੜਾ ਉਹ ਮਤਾ ਪਾਇਆ। ਧੰਨਵਾਦ।